ਮੈਂ ਜਟਾਣਾ ਪਿੰਡ ਦੀ ਰਹਿਣ ਵਾਲੀ ਹਾਂ। ਵੀ ਮਤਲਬ ਮੇਰੇ ਪੇਕੇ ਜਟਾਣੇ ਆ। ਅਲੀ ਕਾ ਮੇਰਾ ਵਿਆਹ ਹੋਇਆ 26 ਤਰੀਕ ਨੂੰ, ਮੇਰੇ ਨਾਲ ਘਟਨਾ ਵਾਪਰੀ ਆ। ਮੇਰੇ ਹਸਬੈਂਡ ਮੇਰੇ ਪਤੀ ਨਾਲ ਮੇਰਾ ਝਗੜਾ ਹੋਇਆ। ਮੇਰੇ ਪਤੀ ਨੇ ਮੇਰੇ ਨਾਲ ਬਹੁਤ ਗੰਦੀ ਗੰਦੀ ਤਰ੍ਹਾਂ ਸਲੂਕ ਕੀਤਾ, ਮੈਨੂੰ ਮਰਨ 'ਤੇ ਮਜਬੂਰ ਕੀਤਾ, ਮੇਰੀ ਨਬਜ਼ ਵੱਢਣ ਦੀ ਕੋਸ਼ਿਸ਼ ਕੀਤੀ, ਲੜਾਈ ਹੋਈ, ਮੇਰੇ ਨਾਲ ਗੱਲ ਗੱਲ 'ਤੇ ਸ਼ੱਕ ਕਰਦਾ ਸੀ, ਮੇਰੇ 'ਤੇ ਸ਼ੱਕ ਬਹੁਤ ਜ਼ਿਆਦਾ ਕਰਦਾ ਸੀ, ਮੈਨੂੰ ਮੈਂਟਲੀ ਟੋਰਚਰ ਕਰਦਾ ਸੀ, ਟੋਰਚਰ ਵੀ ਬਹੁਤ ਗੰਦੀ ਤਰ੍ਹਾਂ ਕਰਦਾ ਸੀ, ਵੀ ਫਿਜ਼ੀਕਲੀ ਟੋਰਚਰ ਬਹੁਤ ਜ਼ਿਆਦਾ ਕਰਦਾ ਸੀ। ਮੇਰੇ ਵੀ ਇਹ ਘਟਨਾ ਮੇਰੇ ਨਾਲ ਵਾਪਰੀ ਜਦੋਂ ਵੀ 26 ਤਰੀਕ ਨੂੰ ਮੇਰੇ ਨਾਲ ਇਹ ਘਟਨਾ ਵਾਪਰੀ, ਬਲੇਡ ਬਲੂਟ ਮਾਰੇ ਗਏ ਮੇਰੇ ਬਾਂਹ 'ਤੇ। ਮੈਨੂੰ ਉਹ ਉਸ ਬੰਦੇ ਨੇ ਧਮਕੀ ਦਿੱਤੀ ਸੀ ਕਿ ਜੇ ਤੂੰ ਆਪਣੇ ਮਾਂ ਪਿਓ ਨੂੰ ਗੱਲ ਦੱਸੇਂਗੀ ਜਾਂ ਕਹਿਣ ਦੀ ਕੋਸ਼ਿਸ਼ ਕਰੇਂਗੀ ਤਾਂ ਤੈਨੂੰ ਮਾਰਿਆ ਜਾਊਗਾ, ਮੈਂ ਤੈਨੂੰ ਮਾਰ ਦੂੰਗਾ, ਜਾਂ ਮੈਂ ਤੇਰੇ ਪਿਓ ਨੂੰ ਮਾਰ ਦੂੰਗਾ, ਤੇਰੀ ਮਾਂ ਨੂੰ ਵੀ ਮਾਰ ਦੂੰਗਾ। ਇੱਥੇ ਮੇਰਾ ਜਲੂਸ ਨਾ ਕੱਢੀ, ਵੀ ਘਰੇ ਜਾ ਕੇ ਜੋ ਕੁਛ ਮਰਜ਼ੀ ਕਹਿ ਦੀ, ਜੋ ਕੁਛ ਮਰਜ਼ੀ ਆਪਦੇ ਮਾਂ ਪਿਓ ਨੂੰ ਕਹਿ ਦੀ, ਜੋ ਕੁਛ ਮਰਜ਼ੀ ਕਰ ਲਈ, ਇੱਥੇ ਮੇਰਾ ਜਲੂਸ ਨਾ ਕੱਢੀ। ਮੇਰਾ ਘਰ ਵਾਲਾ ਗੁਰਦੁਆਰੇ ਦਾ ਗ੍ਰੰਥੀ ਆ, ਸਭ ਤੋਂ ਵੱਡਾ ਗ੍ਰੰਥੀ ਆ, ਗੁਰਦੁਆਰੇ 'ਚ ਪਾਠ ਕਰਦਾ। ਉਹਨੇ ਮੇਰੇ ਨਾਲ ਬਹੁਤ ਪਹਿਲਾਂ ਮੈਨੂੰ ਉਹਨੇ ਪੱਖੇ 'ਤੇ ਲਟਕਣ ਲਈ ਮਜਬੂਰ ਕੀਤਾ, ਫਾਂਸੀ ਲੈਣ ਲਈ ਮਜਬੂਰ ਕੀਤਾ। ਜੇ ਮੈਂ ਉਹਦੀ ਗੱਲ ਨਹੀਂ ਮੰਨੀ ਤਾਂ ਉਹਨੇ ਮੇਰੀ ਨਬਜ਼ ਕੱਟਣ ਦੀ ਕੋਸ਼ਿਸ਼ ਕੀਤੀ। ਕੁਛ ਬੋਲਦਾ ਵੀ ਸੀ ਜਦੋਂ ਤੁਹਾਡੇ ਬਲੇਡ ਮਾਰ ਰਿਹਾ ਸੀ? ਮੈਨੂੰ ਬਹੁਤ ਕੁਝ ਬੋਲ ਮੈਨੂੰ ਮੇਰੇ ਤੋਂ ਪਿਆਰ ਦਾ ਸਬੂਤ ਮੰਗਦਾ ਸੀ, ਵੀ ਮੇਰੇ 'ਤੇ ਸ਼ੱਕ ਕਰਦਾ ਸੀ ਉਹ। ਮੈਂ ਗੁਰਦੁਆਰੇ ਮਸਾਹ ਵਾਲੇ ਰਹਿਣ ਵਾਲੀ ਹਾਂ, ਗੁਰਦੁਆਰੇ ਮਸਾਹ ਵਾਲੇ ਮੈਨੂੰ ਰਹਿਣ ਵਾਲੀਆਂ 4 ਦਿਨ ਹੀ ਹੋਏ ਸੀ ਮੈਨੂੰ ਮਸਾਹ ਵਾਲੇ ਆਈ ਨੂੰ। ਉੱਥੇ ਵੀ ਮਤਲਬ ਵੀ ਕੰਮ ਚਲਾਉਂਦੇ ਨੇ, ਸਾਰੇ ਵੀ ਕੰਮ ਕਰਦੇ ਨੇ, ਵੀ ਲੱਗੇ ਹੋਏ ਨੇ ਕਿ ਕੰਮ ਕਰਨ ਵਾਲੇ ਭਈਏ ਲੱਗੇ, ਨਿੱਕੇ ਨਿੱਕੇ ਉਹਨਾਂ ਦੇ ਬੱਚੇ ਆ, ਮਾਂ ਪਿਓ ਨੇ, ਬਜ਼ੁਰਗ ਨੇ, ਉਹਨਾਂ 'ਤੇ ਸ਼ੱਕ ਕਰਦਾ ਸੀ। ਮੈਨੂੰ ਕਮਰੇ 'ਚ ਆ ਕੇ ਬੋਲਦਾ ਵੀ ਤੂੰ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ। ਮੈਂ ਕਿਹਾ ਮੈਂ ਕੋਈ ਗੱਲਬਾਤ ਨਹੀਂ ਕਰ ਰਹੀ, ਬਸ ਮੈਨੂੰ ਅੰਦਰ ਬਾਂਹ ਫੜ ਕੇ ਲਿਆਇਆ ਅਤੇ ਅੰਦਰੋਂ ਕੁੰਡੀ ਲਾਈ ਅਤੇ ਮੈਨੂੰ ਕਹਿੰਦਾ ਮੈਨੂੰ ਪਿਆਰ ਦਾ ਸਬੂਤ ਦੇ, ਵੀ ਜੇ ਤੂੰ ਮੈਨੂੰ ਪਿਆਰ ਕਰਦੀ ਆ ਤਾਂ ਤੂੰ ਆਪਣੀ ਬਾਂਹ ਵੱਢ ਕੇ ਦਿਖਾ। ਮੈਂ ਕਿਹਾ ਮੇਰੇ 'ਚ ਤਾਂ ਵੱਢੀ ਨਹੀਂ ਜਾਂਦੀ। ਫਿਰ ਉਸ ਬੰਦੇ ਨੇ ਮੇਰੀ ਬਾਂਹ ਫੜੀ, ਗੁੱਟ ਫੜਿਆ ਅਤੇ ਬੁਲੇਟ ਮਾਰਦਾ ਗਿਆ, ਕਹਿੰਦਾ ਜੇ ਤੂੰ ਮੈਨੂੰ ਪਿਆਰ ਕਰਦੀ ਹੋਏਗੀ ਤਾਂ ਤੂੰ ਸੀਂ ਤੱਕ ਨਹੀਂ ਕਰੇਗੀ। ਮੈਂ ਕੁਛ ਵੀ ਨਹੀਂ ਬੋਲੀ, ਮੈਂ ਚੁੱਪ ਰਹੀ ਅਤੇ ਉਸ ਬੰਦੇ ਨੇ ਮੇਰੀ ਬਾਂਹ ਵੱਢਤੀ। ਮੇਰੀ ਬਾਂਹ ਕੀ ਚਾਹੁੰਦੇ ਹੋ? ਮੈਂ ਕੜੀ ਤੋਂ ਕੜੀ ਸਜ਼ਾ ਚਾਹੁੰਦੀ ਹਾਂ ਕਿ ਮੇਰੇ ਨਾਲ ਇਹ ਘਟਨਾ ਵਾਪਰੀ, ਕਿਸੇ ਹੋਰ ਕੁੜੀ ਨਾਲ ਨਾ ਵਾਪਰ ਸਕੇ। ਮੇਰੇ ਨਾਲ ਬਹੁਤ ਜ਼ੁਲਮ ਹੋਏ ਨੇ, ਮੇਰੇ ਵੀ ਮਤਲਬ ਜਿਹੜੇ ਸਹੁਰੇ ਘਰ ਮੇਰਾ ਸਹੁਰਾ ਘਰ ਸੀ ਜਿਹੜਾ, ਉਹ ਵੀ ਮੇਰੇ ਨਾਲ ਚੰਗੀ ਤਰ੍ਹਾਂ ਬਿਹੇਵ ਨਹੀਂ ਵਰਤਦੇ ਸਨ, ਬਿਹੇਵ ਨਹੀਂ ਕਰਦੇ ਸਨ। ਉਹ ਵੀ ਮੈਨੂੰ ਘੁੱਟਦੇ ਮਾਰਦੇ ਸੀਗੇ ਬਹੁਤ ਗੰਦੀ ਤਰ੍ਹਾਂ। ਮੇਰਾ ਦਿਓਰ ਵੀ ਮੈਨੂੰ ਟੋਰਚਰ ਕਰਦਾ ਸੀ, ਮੇਰੀ ਦਰਾਣੀ, ਉਹਨਾਂ ਦੇ ਬੱਚੇ ਮੇਰਾ ਮਜ਼ਾਕ ਉਡਾਉਂਦੇ ਸੀ। ਜੇ ਤੁਸੀਂ ਦੇਖੋ ਤਾਂ ਮੇਰਾ ਹਸਬੈਂਡ ਮੇਰੇ ਨਾਲ ਮੇਰੇ 'ਚ ਵੀ ਬੱਜ ਹੈਗਾ, ਚਲੋ ਰੱਬ ਨੇ ਮੈਨੂੰ ਜਿਵੇਂ ਵੀ ਬਣਾਇਆ ਤਾਂ ਮੇਰੇ ਹਸਬੈਂਡ ਵਿੱਚ ਮੇਰੇ ਨਾਲ ਜ਼ਿਆਦਾ ਵੱਜਾ। ਤੁਸੀਂ ਦੇਖੋਗੇ ਨਾ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹ ਹਸਬੈਂਡ ਵੀ ਇੰਨੀ ਗੰਦੀ ਕਰਤੂਤ ਕਰ ਰਿਹਾ, ਅਤੇ ਮੈਨੂੰ ਵੀ ਦੁੱਖ ਹੈ ਕਿ ਮੇਰਾ ਘਰ ਬਰਬਾਦ ਵੀ ਹੋ ਗਿਆ। ਚਲੋ ਜੋ ਵੀ ਮੇਰੇ ਨਾਲ ਜ਼ੁਲਮ ਵਾਪਰੇ ਨੇ, ਮੇਰੇ ਤੋਂ ਬੱਚਾ ਵੀ ਪਾਲਦਾ ਸੀਗਾ ਉਹ, ਜਦੋਂ ਮੇਰੇ 'ਤੇ ਇੰਨਾ ਸ਼ੱਕ ਕਰਦਾ ਸੀਗਾ। ਦੇਖੋ ਸਰ, ਜਦੋਂ ਵੀ ਮੇਰੇ 'ਤੇ ਇੰਨਾ ਜ਼ਿਆਦਾ ਸ਼ੱਕ ਕਰਦਾ ਸੀ, ਮੈਨੂੰ ਬਾਹਰ ਲੈ ਕੇ ਜਾਂਦਾ ਤਾਂ ਨਾਲ ਜਾਂਦਾ। ਦੇਖੋ ਨਾ ਲੈਟਰ
ਬਿਲਡਿੰਗ ਵੀ ਜਾਂਦੀ ਜਾਂ ਕੋਈ ਬਾਥਰੂਮ ਵੀ ਜਾਂਦੀ ਤਾਂ ਮੈਨੂੰ ਨਾਲ ਲੈ ਕੇ ਜਾਂਦਾ, ਦੇਖਦਾ ਬਾਥਰੂਮ, ਘਰਦੀ ਨੂੰ ਵੀ ਦੇਖਦਾ ਵੀ ਇਹ ਕਿਸ ਤਰ੍ਹਾਂ ਬਾਥਰੂਮ, ਉਹਨੂੰ ਆਏ ਉਸ ਬੰਦੇ ਨੂੰ ਇਸ ਗੱਲ ਦਾ, ਉਹ ਸੀ ਵੀ ਬੱਚਾ ਜਲਦੀ ਜਲਦੀ ਠਹਿਰੇ, ਜੇ ਮੈਨੂੰ ਜੇ ਕਿਤੇ ਵੀ ਮੈਨੂੰ ਲਿਜਾਂਦਾ ਤਾਂ ਮੈਨੂੰ ਨਾਲ ਲੈ ਕੇ ਜਾਂਦਾ। ਆਪਣੇ ਬੱਚੇ ਦੀ ਉਹਨੂੰ ਪਰਵਾਹ ਸੀ, ਮੇਰੀ ਕੋਈ ਪਰਵਾਹ ਨਹੀਂ ਸੀ, ਮੇਰੇ ਤੋਂ ਸਿਰਫ ਉਹ ਬੱਚਾ ਭਾਲਦਾ ਸੀ ਵੀ ਮੈਨੂੰ ਇੱਕ ਬੱਚਾ ਪੈਦਾ ਕਰਕੇ ਦੇਵੇ, ਬਸ ਉਹਦਾ ਮਕਸਦ ਇਹੀ ਸੀਗਾ। ਪਹਿਲਾਂ ਵੀ ਉਹ ਬੰਦਾ ਵਿਆਹਿਆ ਸੀਗਾ, ਪਹਿਲਾਂ ਨਹੀਂ ਨਾਲ ਵੀ ਉਹ ਇਹੀ ਸਲੂਕ ਕਰਦਾ ਸੀਗਾ। ਉਹ ਬਹੁਤ ਹੀ ਜ਼ਿਆਦਾ ਸ਼ਰੀਫ ਕੁੜੀ ਸੀਗੀ ਵਿਚਾਰੀ, ਹੁਣ ਦੋ ਜਵਾਕਾਂ ਦੀ ਮਾਂ ਗਈ, ਉਹਨੂੰ ਵੀ ਬਹੁਤ ਬੁਰੀ ਤਰ੍ਹਾਂ ਕੁੱਟਦਾ ਹੁੰਦਾ ਸੀ। ਠੀਕ ਹੈ।